ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਬੱਬੂ, ਅਤੇ ਆਪਾਂ ਖੜੇ ਹਾਂ ਬਾਈ ਜੀ ਭਾਈ ਬਖਤੌਰ ਬੜਿਆਂ 'ਚ ਟਰੈਕਟਰ ਸੇਲ ਪਰਚੇਜ ਜਾਣ ਦੇ, ਅਤੇ ਬਾਈਆਂ ਦਾ ਬੜਾ ਘੈਂਟ ਕੰਮ ਹੈਗਾ। ਅਤੇ ਤਕਰੀਬਨ ਬਾਈਆਂ ਕੋਲ 30 ਤੋਂ 35 ਟਰੈਕਟਰ ਹਰ ਵਕਤ ਅਵੇਲੇਬਲ ਹੁੰਦੇ ਨੇਗੇ। ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਲੋਨ ਕਰਵਾਉਣਾ ਹੈਗਾ ਜਾਂ ਟਰੈਕਟਰ ਖਰੀਦਣਾ, ਟਰੈਕਟਰ ਵੇਚਣਾ, ਤਾਂ ਸੰਪਰਕ ਕਰ ਸਕਦੇ ਹਾਂ। ਅਤੇ ਬਾਕੀ ਬਾਪੂ ਜੀ ਆਪਣੇ ਨਾਲ ਨੇ, ਕਰਦੇ ਗੱਲਬਾਤ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਠੀਕ ਹੈ ਬਾਪੂ ਜੀ? ਵਧੀਆ ਵਧੀਆ। ਤੇ ਅੱਜ ਕਿੰਨੇ ਟਰੈਕਟਰ ਅਵੇਲੇਬਲ ਨੇ ਬਾਪੂ ਜੀ ਆਪਣੇ ਕੋਲ? ਟਰੈਕਟਰ ਹੋਣਗੇ 25-30। 25-30 ਟਰੈਕਟਰ ਹੁੰਦੇ ਨੇਗੇ। ਤੇ ਲੋਨ ਵਗੈਰਾ ਦੀ ਫੈਸਿਲਿਟੀ ਫੁੱਲ ਆ ਬਾਪੂ? ਹਾਂ, ਲੋਨ ਕਰਾ ਕੇ ਦਿੰਦੇ ਅਸੀਂ ਗਾਂਹ ਤੋਂ ਕਿਸੇ ਤੋਂ। ਠੀਕ ਹੈ ਜੀ। ਹਾਂ, ਕਿਸੇ ਅਸੀਂ ਆਪੇ ਦੇ ਦਿੰਦੇ ਆ, ਬਸ ਪੈਸੇ ਉਹਨਾਂ ਤੋਂ ਆਪੇ ਲੈ ਲੈਣੇ ਅਸੀਂ। ਠੀਕ ਹੈ ਜੀ। ਟਰੈਕਟਰ ਦੇ ਦਿੰਦੇ ਯਾਰ ਉਹਨਾਂ ਦੀ। ਠੀਕ ਆ ਬਾਪੂ ਜੀ। ਤੇ ਆਫਰ ਬਾਪੂ ਜੀ ਕੋਈ? ਆਫਰ ਤਾਂ ਹੁਣ ਤੁਹਾਡਾ ਕਰਕੇ ਹੀ ਹੈ, ਨਹੀਂ ਤਾਂ ਆਫਰ ਤਾਂ ਕਿਹਦਾ ਬੰਦ ਸੀਗੀ। ਠੀਕ ਹੈ ਜੀ। ਤੇ ਪਹਿਲਾਂ 100 ਕਿਲੋਮੀਟਰ ਸੀਗੀ। ਠੀਕ ਹੈ ਜੀ। ਹੁਣ ਤੁਹਾਡਾ ਵੀਡੀਓ ਦੇਖ ਕੇ ਆਊਗੀ, 80 ਦੇ ਦੇ ਦਿਆਂਗੇ। ਠੀਕ ਹੈ। 70 ਦੇ ਟੈਂਕੀ, ਟੈਂਕੀ ਦੀ ਹੈ ਆਫਰ ਦਾ ਬਸ। ਠੀਕ ਹੈ। ਟੈਂਕੀ ਭਰਨ ਦੀ। ਠੀਕ ਹੈ ਜੀ। ਜਿਹੜਾ ਵੀਰ ਕੋਈ ਬਾਈ 80 ਕਿਲੋਮੀਟਰ ਦੂਰ ਤੋਂ ਚੱਲ ਕੇ ਆਉਂਦਾ ਗਾ, ਤਾਂ ਉਹਨੂੰ ਆਫਰ ਆ ਬਾਈ ਜੀ, ਟੈਂਕੀ ਤੇਲ ਦੀ ਫੁੱਲ ਮਿਲੂਗੀ। ਤੇ ਹੁਣ ਆਪਾਂ ਸਟਾਰਟ ਕਰ ਦਿਆਂਗੇ ਵੀਡੀਓ ਬਾਈ ਜੀ। ਸੋਨਾ ਲੀਕਾ ਤੋਂ, ਬਾਲ ਟਰੈਕ ਤੋਂ, 60 RX ਤੋਂ, ਖੁੱਲੇ ਪਲੇਟਫਾਰਮ ਵਾਲਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਤੇ ਜੇ ਟਾਇਰਾਂ ਦੀ ਗੱਲ ਕਰੀ ਬਾਪੂ ਜੀ? ਟਾਇਰ ਹੋਣਗੇ ਦੇ 60-65 ਪੈਸੇ। ਠੀਕ ਹੈ ਜੀ। 60-65 ਪੈਸੇ ਟਾਇਰ ਨੇਗੇ। ਤੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 16 ਦੇ ਟਾਇਰਾਂ 'ਚ ਬਾਈ ਜੀ, 16-28 ਦੇ। ਤੇ ਮਾਡਲ ਬਾਪੂ ਜੀ? ਮਾਡਲ 16 ਲੈ ਵੀ, 16 ਮਾਡਲ ਆ। ਕੰਡੀਸ਼ਨ ਪੂਰੀ ਟਰੈਕਟਰ ਦੀ ਸਾਫ਼ ਪਈ ਆ, ਖੁੱਲੇ ਪਲੇਟ ਵਾਲਾ। ਤੇ ਡਿਮਾਂਡ ਬਾਪੂ ਜੀ ਦੀ? 4.5 ਲੱਖ ਲੈ ਵੀ, 4.5 ਲੱਖ ਰੁਪਇਆ ਡਿਮਾਂਡ ਆ। ਤੇ ਪੰਜਾਬ ਨੰਬਰ ਬਾਪੂ ਜੀ? ਪੰਜਾਬ ਨੰਬਰ ਲੈ ਵੀ, ਪੰਜਾਬ ਨੰਬਰ ਹੈਗਾ, PV3 ਬਠਿੰਡੇ ਦਾ ਨੰਬਰ ਹੈਗਾ। ਜਿੰਨੇ ਵੀ ਟਰੈਕਟਰ ਹੋਣਗੇ, ਖਾਸ ਕਰ ਬਠਿੰਡਾ ਤੇ ਮਾਨਸਾ ਏਰੀਏ ਦੇ ਟਰੈਕਟਰ ਮਿਲਣਗੇ ਬਾਪੂ ਜੀ ਕੋਲ ਤੁਹਾਨੂੰ। ਤੇ ਅੱਗੇ ਅੱਗੇ ਬਾਈ ਜੀ, DI-60 ਦਾ ਚੇਂਜਰ ਵਾਲਾ ਟਰੈਕਟਰ ਹੈਗਾ, ਸੋਨਾਲੀਕਾ, HDM ਵਾਲਾ, ਘੱਟ ਖਰਚੇ ਵਾਲਾ। ਤੇ ਸਾਈਡ ਗੇਅਰ ਖੁੱਲੇ ਪਲੇਟਫਾਰਮ ਵਾਲਾ। ਤੇ ਟਾਇਰ ਬਾਪੂ ਜੀ ਦੇ? ਟਾਇਰ ਤਾਂ ਇਹਦੇ ਹੋਣਗੇ 90 ਪੈਸੇ 85 ਪੈਸੇ ਨਾਲ ਦੀ ਨੇ ਬਾਪੂ ਜੀ? ਹਾਂ ਹਾਂ ਨਾਲ। ਲੈ ਵੀ ਜੀ, ਜਮਾਂ ਨਵਾਂ ਟਰੈਕਟਰ ਹੈਗਾ। ਜੇ ਤੁਸੀਂ ਨਵਾਂ ਟਰੈਕਟਰ ਖਰੀਦਣ ਜਾਓਗੇ ਤਾਂ ਤਕਰੀਬਨ ਤੁਹਾਡਾ ਇਹ ਟਰੈਕਟਰ ਮੰਗ ਰਿਹਾ 1.5 ਤੋਂ 2 ਲੱਖ ਰੁਪਏ ਦਾ ਫਾਇਦਾ ਹੋ ਜੂ ਸਿੱਧਾ। ਲੈ ਵੀ, ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਕੀ। ਤੇ ਇਹ ਚੱਲੇ ਹੋਏ ਬਾਈ ਜੀ ਓਨਲੀ 1271 ਘੰਟੇ। ਤੇ ਕੀ ਡਿਮਾਂਡ ਆ ਬਾਪੂ ਜੀ ਦੀ? ਇਹਦੀ 6.5 ਲੱਖ ਹੈ। ਲੈ ਵੀ, 20 ਮਾਡਲ ਹੈਗਾ, 6.5 ਲੱਖ ਰੁਪਇਆ ਡਿਮਾਂਡ ਆ ਬਾਈ। ਟਰੈਕਟਰ ਕੱਟਣਾ, ਟਰੈਕਟਰ ਵੀ ਕੱਟਿਆ ਜਾਊ, ਲੋਨ ਵੀ ਹੋ ਜੂਗਾ। ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜੂ। ਤੇ ਅੱਗੇ ਬਾਈ ਜੀ, ਸੋਨਾਲੀਕਾ ਬਾਲ ਟਰੈਕਟਰ 21 ਮਾਡਲ। ਲੈ ਵੀ, 21 ਮਾਡਲ ਆ, ਖੁੱਲੇ ਪਲੇਟਫਾਰਮ ਵਾਲਾ, ਚੇਂਜਰ ਵਾਲਾ ਟਰੈਕਟਰ ਹੈਗਾ, ਝੋਟਾ ਟਰੈਕਟਰ ਕਹਿ ਲਈਏ ਇਹਨੂੰ ਵੀ ਆਪਾਂ। ਤੇ 24 ਸਪੀਡਾਂ ਵਾਲਾ ਆ ਗਿਆ ਬਾਈ ਜੀ। ਤੇ ਟਾਇਰ ਬਾਪੂ ਜੀ ਇਹਦੇ? ਟਾਇਰ ਤਾਂ ਨਵਾਂ ਟਰੈਕਟਰ ਹੀ ਹੈਗਾ। ਠੀਕ ਹੈ ਜੀ। ਜਮਾਂ ਨਵਾਂ ਟਰੈਕਟਰ ਹੀ ਹੈਗਾ। ਤਕਰੀਬਨ ਬਾਈ ਜੀ, ਬਾਪੂ ਜੀ ਕੋਲ ਨਵੇਂ ਟਰੈਕਟਰ ਹੁੰਦੇ ਨੇ, ਫਸਟ ਤੇ ਸੈਕੰਡ ਓਨਰ, ਤੇ ਪੰਜਾਬ ਨੰਬਰ, ਤੇ ਮਿੱਡੀ ਸ਼ੋਅ ਵਾਲਾ ਗਿਆ। ਫਸਟ ਓਨਰ ਹੀ ਹੈ ਜੀ। ਠੀਕ ਹੈ ਜੀ, ਫਸਟ ਓਨਰ ਆ। ਤੇ ਇਹਦੀ ਡਿਮਾਂਡ ਬਾਪੂ ਜੀ? ਇਹਦੀ 6.65। ਲੈ ਵੀ, 6,65,000 ਰੁਪਇਆ ਡਿਮਾਂਡ ਹੈਗੀ। ਮਾਨਤਾਨ ਮੌਕੇ ਤੇ ਹੋ ਜੂ ਬਾਈ ਜੀ। ਤੇ ਇੱਕ ਵਾਰੀ ਕਾਲ ਕਰਕੇ ਜ਼ਰੂਰ ਆਇਓ ਬਾਈ ਜੀ। ਤੇ ਅੱਗੇ ਕਿਹਾ ਬਾਈ ਜੀ, 52-10। ਲੈ ਵੀ, ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਤੇ 4 ਸਪੀਡ 'ਚ ਬਾਪੂ ਜੀ ਜਾਣਾ ਜੀ? ਹਾਂ, 4। ਲੈ ਵੀ, 4 ਸਪੀਡ ਆ, ਗੇਅਰ ਪ੍ਰੋ ਵਾਲਾ, ਗੇਅਰ ਪ੍ਰੋ ਵਾਲਾ ਹੈਗਾ। ਤੇ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ। ਟਰੈਕਟਰ ਦੇ ਟਾਇਰ ਪੈਣਗੇ 95 ਪੈਸੇ। ਤੇ ਇਹ ਕਿੰਨੇ ਮਾਡਲ ਆ ਬਾਈ? 21 ਮਾਡਲ ਹੈ। 21 ਮਾਡਲ ਹੈਗਾ। ਲੈ ਵੀ, ਫੁੱਲ ਟੌਪ ਮਾਡਲ ਹੈਗਾ। ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਤੇ ਪਿਛਲੇ ਸਾਲ ਇਹ ਟਰੈਕਟਰ ਨੇ ਗੇਅਰ ਪ੍ਰੋ ਵਾਲ ਨੇ ਪੂਰੀ ਧੱਕ ਪਾਈ ਸੀ ਸੁਪਰ ਸੀਡਰ ਤੇ। ਤੇ ਇਹਦੀ ਡਿਮਾਂਡ ਬਾਪੂ ਜੀ? ਇਹ 7.42। ਲੈ ਵੀ, 7,45,000 ਰੁਪਇਆ ਰੇਟ ਹੈਗਾ। ਮਾਨਤਾਨ ਜ਼ਰੂਰ ਹੋ ਜੂਗਾ। ਤੇ 16 ਦੇ ਟਾਇਰਾਂ 'ਚ ਹੈਗਾ, ਅਪੋਲੋ ਦੇ ਚੌਕੜਾ ਟਾਇਰਾਂ ਦਾ ਬਾਈ ਜੀ। ਤੇ ਅੱਗੇ ਦੇਖੋ ਨਾ ਤੁਹਾਨੂੰ 52-10 ਗੇਅਰ ਪ੍ਰੋ ਵਾਲਾ। ਇਹ 21 ਮਾਡਲ ਸੀ, ਇਹ 23 ਮਾਡਲ ਹੈਗਾ। ਲੈ ਵੀ, ਇਹ ਵੀ ਗੇਅਰ ਪ੍ਰੋ ਵਾਲਾ ਹੈਗਾ, 4 ਸਪੀਡ 'ਚ ਆ ਗਿਆ ਬਾਈ। ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ। ਤੇ ਟਾਇਰ ਇਹਦੇ ਵੀ ਜਮਾਂ ਨਵੇਂ ਪੈਣੇ, ਫਰੰਟ ਟਾਇਰਾਂ ਦੇ ਨਿਗਾਹ ਪ੍ਰਵਾਹ ਨਵਾਂ ਟਰੈਕਟਰ ਹੀ ਹੈ। ਲੈ ਵੀ, ਇਹ ਤਾਂ ਜਮਾਂ ਨਵਾਂ ਟਰੈਕਟਰ ਹੈਗਾ। ਲੈ ਵੀ, ਬਾਕੀ ਚੈੱਕ ਕਰ ਲਓ, ਸੀਟ ਵੀ ਹਜੇ ਤੱਕ ਟਾਇਰਾਂ ਦੇ ਪਿਆ ਹੈਗਾ, ਕਨੋਪੀ ਵਗੈਰਾ ਲੱਗੀ ਹੋਈ ਆ। ਤੇ ਇਹਦੀ ਡਿਮਾਂਡ ਬਾਪੂ ਜੀ? ਇਹਦੀ 7.95। ਲੈ ਵੀ, 7,95,000 ਰੁਪਇਆ ਡਿਮਾਂਡ ਹੈਗੀ। ਕੰਡੀਸ਼ਨ ਚੈੱਕ ਕਰ ਸਕਦੇ ਬਾਈ। ਲਓ ਬਾਈ,
ਤੇ ਅੱਗੇ ਆ ਗਿਆ ਬਾਈ ਜੀ 5310। ਜੌਨ ਡੀਅਰ ਵੀ ਬਾਈ ਜੀ ਬਹੁਤ ਜ਼ਿਆਦਾ ਅਵੇਲੇਬਲ ਹੁੰਦੇ ਨੇਗੇ, ਜਿਹੜਾ ਤੁਸੀਂ ਜੌਨ ਡੀਅਰ ਲੈਣਾ ਚਾਹੋ ਤਾਂ ਕੰਟੈਕਟ ਕਰ ਸਕਦੇ ਹੋ 855 ਵੀ। ਤੇ ਇਹ ਬਾਪੂ ਜੀ ਕਿੰਨੇ 17 ਮਾਡਲ ਹੈ? ਲੈ ਵੀ 17 ਮਾਡਲ ਆ, ਫੁੱਲ ਟੋਪ ਮਾਡਲ ਆ ਗਿਆ ਵੀ, ਪਾਵਰ ਸਟੀਅਰਿੰਗ ਆ ਗਿਆ ਤੇ 16 ਦੇ ਟਾਇਰਾਂ 'ਚ ਆ ਗਿਆ। ਤੇ ਟਾਇਰ ਕਿੰਨੇ ਕੁ ਪੈਸੇ ਪਏ ਬਾਪੂ ਜੀ ਇਹਦੇ? ਟਾਇਰ ਇਹ ਪਏ ਹੋਣਗੇ 80-85 ਪੈਸੇ। ਲੈ ਵੀ 80-85 ਪੈਸੇ ਟਾਇਰ ਪਏ ਨੇਗੇ, ਕੰਡੀਸ਼ਨ ਦਾ ਪੂਰਾ ਓਕੇ ਪਿਆ। ਜੇ ਸਿਸਟਮ ਦੀ ਗੱਲ ਕਰੀਏ ਬਾਪੂ ਜੀ, ਲਹਾ ਕੇ ਲੈਣਾ ਹੋਵੇ? ਹਾਂ, ਲਹਾ ਕੇ 20,000 ਰੁਪਇਆ ਘੱਟ ਜੂ, ਇਹਦਾ 6.5 ਰੇਟ ਹੈ। ਠੀਕ ਹੈ ਜੀ, 6.5 ਲੱਖ ਰੁਪਇਆ ਰੇਟ ਆ ਬਾਈ, 20,000 ਰੁਪਇਆ ਐਕਸਟਰਾ ਕੱਟ ਲਿਆ ਜਾਊਗਾ ਤੇ ਸਿੰਪਲ ਕੱਪੜਿਆਂ ਦੀ ਛਾਤਰੀ ਮਿਲ ਜੂਗੀ। ਹਾਂਜੀ ਠੀਕ ਆ ਬਾਬੂ ਜੀ। ਤੇ ਬਾਬੇ ਜੀ ਅੱਗੇ ਕਰ ਦਿਆਂਗੇ ਨਿਊ ਹੋਲੈਂਡ ਬਾਰੇ ਗੱਲਬਾਤ। ਤੇ ਇਹ 9 ਮਾਡਲ ਹੈ। ਲੈ ਵੀ 9 ਮਾਡਲ ਹੈਗਾ, ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ, ਪੂਰੀ ਸਾਫ਼ ਹੋਈ ਹੈਗੀ। ਓਰੀਜਨਲ ਆ ਬਾਪੂ ਜਿੰਨਾ ਹੈਗਾ? ਹਾਂ ਵਧੀਆ ਬਾਈ ਜੀ। ਠੀਕ ਹੈ ਜੀ, ਓਰੀਜਨਲ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਤੇ ਪਾਵਰ ਸਟੀਅਰਿੰਗ ਹੈਗਾ ਤੇ PV31 ਮਾਨਸਾ ਦਾ ਨੰਬਰ ਆ। ਤੇ ਟਾਇਰ ਬਾਪੂ ਜੀ ਇਹਦੇ? ਟਾਇਰ ਹੋਣਗੇ ਇਹਦੇ 70 ਪੈਸੇ। ਲੈ ਵੀ 70-75 ਪੈਸੇ ਟਾਇਰ ਪੈਣਗੇ, ਕੰਡੀਸ਼ਨ ਦਾ ਓਕੇ ਪਿਆ, ਬਾਕੀ ਮਗਰਾਟਾ ਵਗੈਰਾ 'ਚ ਨਿਗਾਹ ਮਰਵਾ ਦੇ ਸਕੰਦਰਾਂ। ਅਤੇ ਇਹਦੀ ਡਿਮਾਂਡ ਬਾਪੂ ਜੀ? ਇਹਦੀ 4.5 ਲੱਖ। ਲੈ ਵੀ 4.5 ਲੱਖ ਰੁਪਇਆ ਡਿਮਾਂਡ ਆ, ਮਾਨਦਾਨ ਜ਼ਰੂਰ ਹੋ ਜੂਗਾ। ਅਤੇ ਅੱਗੇ ਹੈਗਾ ਬਾਈ ਜੀ ਸਪੈਸ਼ਲ ਐਡੀਸ਼ਨ ਵਾਲਾ 3630 TXT ਮਾਡਲ ਵਾਲਾ। ਅਤੇ ਜਿਵੇਂ ਕਹਿੰਦੀ ਬਾਈ ਜੀ 30-35,000 ਰੁਪਏ ਦਾ ਆਹ ਚੀਜ਼ਾਂ 'ਤੇ ਲੱਗਿਆ ਹੋਇਆ ਹੈਗਾ, ਖੁੱਲ੍ਹਾ ਪਲੇਟਫਾਰਮ ਬਣਾਉਣ ਲਈ ਅਤੇ ਡਬਲ ਡਿਸਟ੍ਰੀਬਿਊਟਰ ਗਿਆ। ਅਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ, ਪਲੱਸ ਵਾਲਾ ਟਰੈਕਟਰ ਹੈਗਾ। ਅਤੇ ਟਾਇਰ ਇਹਦੇ ਬਾਈ ਜੀ ਹੈਗੇ ਨੇ 90-95 ਪੈਸੇ। 22 ਮਾਡਲ ਹੈ ਇਹ, 22 ਮਾਡਲ। ਲੈ ਵੀ ਫੁੱਲ ਟੋਪ ਮਾਡਲ ਆ, 22 ਮਾਡਲ ਆ ਬਾਈ ਜੀ। ਅਤੇ ਇਹਦੀ ਡਿਮਾਂਡ ਬਾਪੂ ਜੀ? 8.5 ਲੱਖ। ਲੈ ਵੀ 8.5 ਲੱਖ ਰੁਪਇਆ ਡਿਮਾਂਡ ਆ। ਅਤੇ ਬਾਕੀ ਹੋਰ ਵੀ ਬਥੇਰੇ ਟਰੈਕਟਰ ਹੁੰਦੇ ਨੇਗੇ ਬਾਪੂ ਜੀ ਕੋਲ, ਅਤੇ ਕੰਟੈਕਟ ਕਰ ਲਿਓ। ਅਤੇ ਬਾਪੂ ਜੀ ਮੇਨ ਲੋਕੇਸ਼ਨ? ਮੇਨ ਲੋਕੇਸ਼ਨ ਪਿੰਡ ਭਾਈ ਬਸਤਾ ਔਰ ਨੇੜੇ ਮੌੜ ਮੰਡੀ ਅਤੇ ਬਹਿੰਡਾ। ਠੀਕ ਹੈ ਜੀ, ਮੌੜ ਦੇ ਵਿਚਾਲੇ, ਮੌੜ ਮੰਡੀ ਤੇਰੇ ਬਹਿੰਡੇ ਦੇ ਵਿਚਾਲੇ, ਬਹਿੰਡੇ ਤੋਂ 25 ਕਿਲੋਮੀਟਰ, ਮੌੜ ਤੋਂ 10 ਕਿਲੋਮੀਟਰ। ਠੀਕ ਹੈ ਬਾਪੂ ਜੀ, ਪਿੰਡ ਭਾਈ ਬਸਤਾ ਔਰ। ਭਾਈ ਬਸਤਾ ਔਰ ਨੰਬਰ ਹੈ 94-174-6266। ਠੀਕ ਹੈ ਜੀ, 94-174-6266। ਠੀਕ ਹੈ ਜੀ, ਠੀਕ ਹੈ ਬਾਪੂ ਜੀ, ਧੰਨਵਾਦ ਧੰਨਵਾਦ। ਚਲੋ ਬਾਈ ਜੀ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਮਿਲਦੇ ਨਵੀਆਂ ਤੱਤਕ ਲਈ, ਧੰਨਵਾਦ।